ਹੈਲੋ, ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਸਾਰਿਆਂ ਨੂੰ। ਕਰੀਬ ਕਿੰਨਾ ਟਾਈਮ ਹੋਇਆ ਹੋਇਆ, 10:30 ਵਜੇ ਹੋਏ ਨੇ ਅਤੇ ਮੋਕਸ਼ੀ ਸਕੂਲ ਚੱਲ ਗਈ ਹੈ। ਮੋਕਸ਼ੀ ਸਕੂਲ ਚੱਲ ਗਈ ਅਤੇ ਹੁਣ ਬਸ ਮੰਮਾ ਆਏ ਨੇ, ਮੰਮਾ ਸਫਾਈਆਂ ਸਫਾਈਆਂ ਲੱਗੇ ਹੋਏ ਨੇ ਅਤੇ ਨਾਲ ਹੀ ਮੈਂ ਕਰ ਰਹੀ ਹਾਂ, ਸਬਜ਼ੀ ਵਗੈਰਾ ਬਣਾ ਰਹੀ ਹਾਂ ਅਤੇ ਥੋੜ੍ਹਾ ਬਹੁਤ ਘਰ ਦਾ ਪਾਪਾ ਆਏ ਹੋਏ ਸੀਗੇ ਅਤੇ ਜਿਵੇਂ ਤੁਹਾਨੂੰ ਦੱਸਿਆ ਸੀ ਪਾਪਾ ਆਏ ਨੇ। ਪਾਪਾ ਤਾਂ ਅਸੀਂ ਲੈ ਗਏ ਸੀ ਪਾਪਾ ਨੂੰ ਨੈਣਾ ਕੋਤ, ਜਿੱਥੋਂ ਕਹਿੰਦੇ ਕਿ ਝਾੜਾ ਪੈਂਦਾ। ਪਾਪਾ ਦੀ ਫਿੰਗਰ 'ਤੇ ਨਾ ਥੋੜ੍ਹਾ ਜਿਹਾ ਜ਼ਖਮ ਹੋਇਆ ਸੀ ਅਤੇ ਉਹਨਾਂ ਨੇ ਕਿਹਾ ਕਿ ਰਾਤ ਰਹਿਣਾ ਪੈਣਾ, ਅਗਲੇ ਦਿਨ ਫਿਰ ਝਾੜੇ ਹੋਣੇ ਨੇ। ਅਤੇ ਉਸ ਤੋਂ ਬਾਅਦ ਫਿਰ ਅਸੀਂ ਪਾਪਾ ਨੂੰ ਰਾਤ ਰੱਖ ਲਿਆ ਸੀ, ਪਾਪਾ ਰਾਤ ਰਹਿ ਗਏ ਸੀਗੇ। ਅਤੇ ਹੁਣ ਪਾਪਾ ਨਾਲ ਫਿਰ ਜਦੋਂ ਮੋਕਸ਼ੀ ਆਏਗੀ ਖੇਲੇਗੀ, ਅਤੇ ਜਿਵੇਂ ਮੋਕਸ਼ੀ ਆਏਗੀ ਮੈਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੀ, ਤਾਂ ਮੇਰੇ ਵਲੌਗ ਨੂੰ ਦੇਖਦੇ ਰਹੋ। ਆ ਗਈ ਮੋਕਸ਼ੀ ਸਕੂਲੋਂ ਆ ਗਈ। ਅੱਛਾ ਇਧਰ ਦੇਖ ਮੰਮਾ ਵਾਲ ਸਕੂਲ ਸੇ ਆ ਗਈ। ਸ਼ਿਵਜੀ ਬਣ ਗਈ ਸਬਜ਼ੀ ਸਾਡੀ। ਕਰ ਗਈ ਬਾਹਰ ਬਾਹੂ ਆ ਰਿਹਾ, ਇਧਰ ਆ ਜਾ। ਕੱਲ ਜਦੋਂ ਕੱਪੜੇ ਧੋਵਾਂਗੇ ਨਾ ਪਰਸੋਂ, ਇਧਰ ਆ ਜਾ, ਬਾਹੂ ਆ ਰਿਹਾ ਬਾਹਰ। ਫੋਨ ਆ ਗਿਆ ਬਾਈ, ਆਇਆ ਮੋਕਸ਼ੀ। ਆ ਮੂਮੈਂਟ ਯਾਦਾਂ ਰਹਿ ਜਾਂਦੀਆਂ ਨੇ, ਮੈਂ ਕਿਹਾ ਮੂਮੈਂਟ ਯਾਦਾਂ ਹੀ ਰਹਿ ਜਾਂਦੀਆਂ ਬਸ ਬਾਅਦ ਚ। ਉਂਗਲ ਦੁਖਦੀ ਹੈ, ਉਂਗਲ ਦੁਖਦੀ ਹੈ ਨਾਨੂ ਦੀ। ਆਏ ਹੋਏ ਦੋਨੋਂ ਨਾਨਾ ਦੋ ਨਾਨਾ ਤੇ ਦੋਤਰੀ ਬੋਲਦਾ।
ਮੈਂ ਮੋਕਸ਼ੀ ਦੀ ਵੀਡੀਓ ਪਾ ਰਹੀ ਹਾਂ। ਮੋਕਸ਼ੀ ਕਲ ਤਰ੍ਹਾਂ ਹੈਲੋ ਗਾਈਸ ਕਰ ਦਿਓ, ਹੈਲੋ ਗਾਈਸ ਕਰਨਾ ਕਰ ਦਿਓ। ਕੱਲ ਬੋਲ ਰਹੀ ਸੀ ਵਿੱਚ, ਕਹਿੰਦੀ ਸੀ ਲਾ ਕੀ ਹੈਲੋ। ਪਾਪਾ ਨੂੰ ਸ਼ਾਮ ਦਾ ਝਾੜਾ ਪਵਾਇਆ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨਾਲ ਹੀ ਮੱਥਾ ਟਿਕਾਤਾ ਸੀਗਾ ਅਤੇ ਕਿਹਾ ਸੀ ਹੁਣ ਤੁਸੀਂ ਜਾ ਸਕਦੇ ਹੋ ਘਰ, ਅਤੇ ਪਾਪਾ ਚਲੇ ਗਏ ਅਤੇ ਹੁਣ ਉਹਨਾਂ ਨੂੰ ਚਾਹ ਵਗੈਰਾ ਪਿਆ ਕੇ ਮੈਂ ਭੇਜ ਦਿੱਤਾ ਅਤੇ ਨਾਲ ਹੀ ਮੈਂ ਇਸ ਵਲੌਗ ਦਾ ਐਂਡ ਕਰਦੀ ਹਾਂ। ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਬਾਏ ਬਾਏ।